ਮੁੰਬਈ ਹਮਲਿਆਂ ਦੇ ਸਾਜ਼ਿਸ਼ਕਾਰੇ ਅਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜਮਾਤ ਉਦ ਦਾਵਾ ਦੇ ਆਗੂ ਹਾਫਿਜ਼ ਸਈਦ ਨੂੰ ਅੱਤਵਾਦ ਵਿਰੋਧੀ ਵਿਭਾਗ ਵੱਲੋਂ ਅੱਜ ਗ੍ਰਿਫਤਾਰ ਕਰਕੇ ਲਾਹੌਰ ਦੀ ਉੱਚ ਸੁਰੱਖਿਆ ਵਾਲੀ ਕੋਰਟ ਲਖਪਤ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਫਿਜ਼ ਸਈਦ ਅੱਤਵਾਦ ਵਿਰੋਧੀ ਅਦਾਲਤ ਦੇ ਸਾਹਮਣੇ ਪੇਸ਼ ਹੋਣ ਲਈ ਲਾਹੌਰ ਤੋਂ ਗੁਜਰਾਂਵਾਲਾ ਆਇਆ ਸੀ। ਉੱਥੇ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ CTD ਨੂੰ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸਾਇਦ ਦੀ ਅਗਵਾਈ ਵਾਲਾ ਜਮਾਤ ਉਦ ਦਾਵਾ ਪਾਕਿਸਤਾਨ ਅਧਾਰਿਤ ਲਸ਼ਕਰ ਏ ਤੋਇਬਾ ਅੱਤਵਾਦੀ ਜਥੇਬੰਦੀ ਦਾ ਹਿੱਸਾ ਹੈ ਅਤੇ ਅਮਰੀਕੀ ਵਿੱਤ ਵਿਭਾਗ ਨੇ ਸਾਇਦ ਨੂੰ ਅੱਤਵਾਦੀ ਸੂਚੀ ਵਿੱਚ ਰੱਖਦਿਆਂ ਉਸਤੇ $1 ਕਰੋੜ ਦਾ ਇਨਾਮ ਐਲਾਨ ਕੀਤਾ ਹੋਇਆ ਹੈ। ਕੌਮਾਂਤਰੀ ਭਾਈਚਾਰੇ ਦੇ ਦਬਾਅ ਹੇਠ ਅੱਤਵਾਦ ਵਿਰੋਧੀ ਵਿਭਾਗ ਅਤੇ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਵੱਲੋਂ JUD ਅਤੇ ਲਸ਼ਕਰ ਏ ਤੋਇਬਾ ਦੇ ਠਿਕਾਣਿਆਂ ਅਤੇ ਅੱਤਵਾਦੀਆਂ ਨੂੰ ਵਿੱਤੀ ਸਹਾਇਤਾ ਦੇਣ ਹਿੱਤ ਦਾਨ ਇਕੱਠਾ ਕਰਨ ਲਈ ਕਾਇਮ ਕੀਤੀਆਂ ਟਰੱਸਟਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਾਫਿਜ਼ ਸਈਦ ਦੀ ਗ੍ਰਿਫਤਾਰੀ ਤੋਂ ਪਹਿਲਾਂ CTD ਵੱਲੋਂ ਅੱਤਵਾਦੀਆਂ ਦੇ ਲਈ ਫੰਡ ਇਕੱਠਾ ਕਰਨ ਦੇ ਦੋਸ਼ ਵਿੱਚ ਸਈਦ ਦੀ ਜਥੇਬੰਦੀ ਦੇ 13 ਨੇਤਾਵਾਂ ਦੇ ਵਿਰੁੱਧ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ 23 FIR ਦਰਜ ਕੀਤੀਆਂ ਗਈਆਂ। ਇਹ ਵੀ ਜਾਣਕਾਰੀ ਮਿਲੀ ਹੈ ਕਿ ਲਾਹੌਰ ਦੀ ਅੱਤਵਾਦੀ ਵਿਰੋਧੀ ਅਦਾਲਤ ਨੇ ਬੀਤੇ ਦਿਨ ਹਾਫਿਜ਼ ਸਈਦ ਅਤੇ 3 ਹੋਰਨਾਂ ਹਾਫਿਜ਼ ਮਸੂਦ, ਅਮੀਰ ਹਮਜ਼ਾ ਅਤੇ ਮਲਿਕ ਜ਼ਫਰ ਨੂੰ ਮਦਰਸੇ ਲਈ ਗੈਰ ਕਾਨੂੰਨੀ ਭੂਮੀ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ 50,000 ਰੁਪਏ ਦੇ ਮੁਸ਼ਲਕੇ ਤੇ ਪੇਸ਼ਗੀ ਜ਼ਮਾਨਤ ਦਿੰਦਿਆਂ 31 ਅਗਸਤ ਤੱਕ ਗ੍ਰਿਫਤਾਰੀ ਤੋਂ ਛੋਟ ਦਿੱਤੀ ਸੀ। ਅਧਿਕਾਰੀਆਂ ਅਨੁਸਾਰ JUD ਦੇ ਨੈਟਵਰਕ ਵਿੱਚ 300 ਮਦਰਸੇ, ਸਕੂਲ, ਹਸਪਤਾਲ, ਇੱਕ ਪਬਲੀਕੇਸ਼ਨ ਹਾਊਸ ਅਤੇ ਐਂਬੂਲੈਂਸ ਸੇਵਾ ਸ਼ਾਮਲ ਹੈ, ਜਿਨ੍ਹਾਂ ਚੋਂ ਪੰਜਾਬ 'ਚ JUD ਅਤੇ ਉਸ 'ਚ ਦਾਨ ਇਕੱਠਾ ਕਰਨ ਵਾਲੀ ਸੰਸਥਾ FIF ਨਾਲ ਜੁੜੇ 160 ਮਦਰਸਿਆਂ, 32 ਸਕੂਲਾਂ, 2 ਕਾਲਜਾਂ, 4 ਹਸਪਤਾਲਾਂ, 178 ਐਂਬੂਲੈਂਸਾਂ ਅਤੇ 153 ਦਵਾਖਾਨਿਆਂ ਨੂੰ ਲੈਂਦੇ ਪੰਜਾਬ ਦੀ ਸੂਬਾਈ ਸਰਕਾਰ ਨੇ ਆਪਣੇ ਅਧੀਨ ਲੈ ਲਿਆ ਹੈ। ਅਜੀਤ ਵੈੱਬ TV ਦੇ ਲਈ ਸੁਰਿੰਦਰ ਕੋਸ਼ੜ ਦੀ ਰਿਪੋਰਟ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈੱਬ TV ਦੇ ਨਾਲ।